ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਕਾਇਮ ਰਹੀਏ, ਰਾਜੀ ਰਹੀਏ, ਖੁਸ਼ ਰਹੀਏ, ਆਪਣੇ ਆਪ 'ਤੇ ਕੰਮ ਕਰੀਏ, ਆਪਣੇ ਆਪ ਨੂੰ ਸਵਾਰੀਏ, ਆਪਣੇ ਆਪ ਤੋਂ ਵਧੀਆ ਬਣੀਏ, ਆਪਣੀ ਮੈਂਟਲ ਹੈਲਥ 'ਤੇ ਕੰਮ ਕਰੀਏ, ਆਪਣੇ ਸੁਭਾਅ 'ਤੇ ਕੰਮ ਕਰੀਏ, ਤੋਪਾਂ ਦਾ ਮੂੰਹ ਆਪਣੇ ਵੱਲ ਨੂੰ ਮੋੜੀਏ, ਰੋਜ਼ ਰੋਜ਼ ਆਪਣੀਆਂ ਕਮੀਆਂ ਵੇਖੀਏ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਰਾਂ, ਫਿਰਾ ਲੋਕ ਕਹਿ ਦਰਵੇਸ਼। ਗੁਨਾਹੀ ਤੋਂ ਬਣਿਆ ਗੁਨਹੀ, ਗੁਨਹੀ ਗੁਨਾਹਾਂ ਦਾ ਭਰਿਆ ਹੋਇਆ ਮੈਂ, ਗੁਣਾਂ ਦਾ ਨਹੀਂ, ਗੁਨਹੀ ਗੁਨਾਹਾਂ ਤੋਂ ਬਣਿਆ। ਲੋਕ ਮੈਨੂੰ ਚੰਗਾ ਕਹਿੰਦੇ ਨੇ, ਮੈਂ ਗੁਨਾਹਾਂ ਦਾ ਭਰਿਆ ਹੋਇਆ, ਮੇਰੇ 'ਚ ਕਮੀਆਂ ਨੇ, ਮੇਰੇ 'ਚ ਘਾਟਾਂ ਨੇ। ਇਹ ਪੁਆਇੰਟ ਆਫ ਵਿਊ ਵੀ ਰੱਖਣਾ ਪੈਣਾ ਕਿ ਮੈਂ ਆਪਣੀਆਂ ਕਮੀਆਂ ਵੇਖਾਂ, ਚੰਗਿਆਈ ਘੱਟ ਵੇਖਾਂ, ਬੁਰਾਈ ਆਪਣੀ ਜ਼ਰੂਰ ਵੇਖਾਂ, ਮੈਨੂੰ ਆਪਣਾ ਕੁਆਲਿਟੀ ਦਿਸੇ ਨਾ ਦਿਸੇ, ਕਮੀ ਜ਼ਰੂਰ ਦਿਸਣੀ ਚਾਹੀਦੀ ਹੈ। ਮੈਨੂੰ ਮੇਰਾ ਵਧੀਆਪਣ ਦਿਸੇ ਨਾ ਦਿਸੇ, ਘਟੀਆਪਣ ਜ਼ਰੂਰ ਦਿਸਣਾ ਚਾਹੀਦਾ। ਗੁਣ ਜਿੱਥੇ ਮੈਂ ਲੈਣੇ ਨੇ, ਉੱਥੇ ਮੈਂ ਔਗਣ ਛੱਡਣ 'ਤੇ ਜ਼ਿਆਦਾ ਮੈਨੂੰ ਮਿਹਨਤ ਕਰਨੀ ਪੈਣੀ ਹੈ। ਨਵੀਂ ਸਵੇਰ ਦਾ ਨਵਾਂ ਸੁਨੇਹਾ, ਵੀਡੀਓ ਲਾਈਕ ਐਂਡ ਸ਼ੇਅਰ ਕਰਦੇ ਰਿਹਾ ਕਰੋ, ਬਾਕੀਆਂ ਤੱਕ ਜਾਂਦੀ ਹੈ। ਇਹ ਸੁਣਿਓ ਗੱਲ ਮੇਰੀ ਧਿਆਨ ਨਾਲ ਕਿ ਕਮੀਆਂ ਛੱਡਣ 'ਤੇ ਜ਼ਿਆਦਾ ਜ਼ੋਰ ਲੱਗਦਾ, ਗ੍ਰਹਿਣ ਕਰਨ 'ਤੇ। ਗਿਆਨ ਲੈਣਾ ਕੋਈ ਔਖਾ ਨਹੀਂ, ਗਿਆਨ ਬਹੁਤ ਹੁੰਦਾ ਲੋਕਾਂ ਕੋਲ, ਪਰ ਗਿਆਨ ਲੈਣ ਦੇ ਨਾਲ ਨਾਲ ਔਗਣ ਛੱਡਣ ਦੀ ਬਿਰਤੀ ਵੀ ਹੋਣੀ ਚਾਹੀਦੀ ਹੈ। ਔਗਣ ਆਪਣੇ ਤਿਆਗਣ ਦੀ ਬਿਰਤੀ ਵੀ ਹੋਣੀ ਚਾਹੀਦੀ ਹੈ। ਜ਼ੋਰ ਔਗਣ ਛੱਡਣ 'ਤੇ ਲੱਗਦਾ ਹੈ। ਹੁਣ ਹਾਲ ਇਹ ਹੈ ਕਿ ਗਿਆਨ ਬਹੁਤ ਲੈ ਰਹੇ ਹਾਂ, ਸਿਮਰਨ ਬਹੁਤ ਕਰ ਰਹੇ ਹਾਂ। ਗਿਆਨ ਵੀ ਬਹੁਤ ਹੈ, ਸਿਮਰਨ ਬਹੁਤ ਹੈ, ਬੰਦੇ ਕੋਲ ਬੰਦਗੀ ਬਹੁਤ ਹੈ। ਬੈਠਦਾ ਚੌਂਕੜਾ ਲਾ ਕੇ ਕਈ ਕਈ ਘੰਟੇ, ਉਹ ਵੀ ਬਹੁਤ ਹੈ ਅਤੇ ਮੈਲ ਵੀ ਬਹੁਤ ਹੈ, ਔਗਣ ਵੀ ਬਹੁਤ ਨੇ। ਇਕੱਠਾ ਤਾਂ ਕਰੋ ਜਿਹੜਾ ਤੁਸੀਂ ਪਹਿਲਾਂ ਫੜਿਆ ਉਹਨੂੰ ਛੱਡਣ ਨੂੰ ਤਿਆਰ ਹੋ। ਕਮੀਆਂ ਘਾਟਾਂ ਆਪਣੀਆਂ ਛੱਡਣ ਨੂੰ ਤਿਆਰ ਆ, ਉਹਨੂੰ ਛੱਡਣਾ ਪੈਣਾ ਤਾਂ ਸਾਨੂੰ ਫਾਇਦਾ। ਗੁਣ ਲੈ ਲੈਂਦੇ ਹਾਂ, ਔਗਣ ਛੱਡਦੇ ਨਹੀਂ। ਕਮੀਆਂ ਉੱਥੇ ਦੀ ਉੱਥੇ ਹੀ ਅੰਦਰ ਹੀ ਪਈਆਂ। ਜਿਵੇਂ ਕਹਿ ਲਓ ਵੀ ਬਾਹਰੋਂ ਤਾਂ ਕੱਪੜਾ ਪ੍ਰੈਸ ਪ੍ਰੁੱਸ ਕਰ ਲਿਆ, ਮੈਲ ਕੱਢੀ ਨਹੀਂ, ਧੋਤਾ ਹੈ ਨਹੀਂ, ਪ੍ਰੈਸ ਕਰ ਲਿਆ ਪਰ ਮੈਲ ਤਾਂ ਕੱਢ ਲਓ, ਮੈਲ ਕੱਢੋ ਫਿਰ ਪ੍ਰੈਸ ਕਰੋ, ਸਾਫ਼ ਸੁਥਰਾ ਤਾਂ ਕਰ ਲਓ ਇਹਨੂੰ। ਸੋ ਸਾਰਾ ਜ਼ੋਰ ਜਿਹੜਾ ਹੈ ਉਹ ਕਮੀਆਂ ਕੱਢਣ 'ਤੇ ਲਾਓ, ਘਾਟਾਂ ਆਪਣੀਆਂ ਕੱਢਣ 'ਤੇ ਲਾਓ। ਜਦੋਂ ਨਾ ਦਵਾਈ ਪਾਉਂਦੇ ਹਾਂ, ਕਈ ਵਾਰੀ ਉਹ ਹੁੰਦਾ ਨਹੀਂ ਨੱਕ ਉੱਤੇ ਉਹ ਪਲਾਸਟਿਕ ਦਾ ਬਣਿਆ ਹੋਇਆ, ਇੱਦਾਂ ਕਰਕੇ ਕੰਨ 'ਚ ਪਾਉਣ ਵਾਲੀ, ਅੱਖ 'ਚ ਪਾਉਣ ਵਾਲੀ ਦਵਾਈ, ਉਹਨੂੰ ਆਪਾਂ ਇੱਦਾਂ ਨੱਪਦੇ ਹਾਂ, ਜ਼ੋਰ ਨੱਪਣ 'ਤੇ ਲੱਗਦਾ। ਜਦੋਂ ਉਹਨੂੰ ਛੱਡਣਾ, ਪਾਣੀ ਤਾਂ ਉਹਨੇ ਭਰਤਾ ਆਪੇ ਹੀ ਲੈਣਾ, ਬਸ ਤੁਸੀਂ ਉਹਨੂੰ ਕੱਢਣ 'ਤੇ ਜ਼ੋਰ ਲੱਗਣਾ, ਪ੍ਰੈਸ਼ਰ ਪਾਉਣਾ ਪੈਣਾ ਉਂਗਲਾਂ ਦਾ, ਐ ਕੱਢਣ 'ਤੇ ਜ਼ੋਰ ਲੱਗਦਾ, ਭਰਤਾ ਆਪੇ ਲੈਣਾ ਉਹਨੇ। ਕਮੀਆਂ ਕੱਢਣੀਆਂ, ਗਲਤੀਆਂ ਕੱਢਣੀਆਂ, ਔਗਣ ਕੱਢਣੇ, ਭੈੜੀਆਂ ਆਦਤਾਂ ਛੱਡਣੀਆਂ। ਗਿਆਨ ਤਾਂ ਅੱਜ ਕੱਲ੍ਹ ਵਾਧੂ ਹੈ ਲੋਕਾਂ, ਪਰ ਅਗਿਆਨਤਾ ਨਹੀਂ ਛੱਡਦੇ, ਗੁਣ ਲੈ ਲੈਂਦੇ ਨੇ, ਔਗਣ ਨਹੀਂ ਛੱਡਦੇ। ਜਿੰਨਾ ਚਿਰ ਔਗਣ ਛੱਡਦੇ ਨਹੀਂ, ਅਗਿਆਨਤਾ ਛੱਡਦੇ ਨਹੀਂ, ਉਹਨਾਂ ਚਿਰ ਜ਼ਿੰਦਗੀ ਜਾਂ ਸਵਾਦ ਨਹੀਂ ਆਉਂਦਾ। ਅਤੇ ਕਮੀਆਂ ਘਾਟਾਂ ਅਗਿਆਨਤਾ ਛੱਡਣੀ ਪੈਣੀ ਹੈ। ਹੈਬਿਟਸ ਗਲਤ ਬਣੀਆਂ, ਆਦਤਾਂ ਗਲਤ ਬਣੀਆਂ ਨੇ, ਅਤੇ ਆਦਤਾਂ ਛੱਡਣ ਦੀ ਵੀ ਟੈਕਨੀਕ ਹੁੰਦੀ ਹੈ। ਹੁਣ ਮੰਨ ਲਓ ਤੁਹਾਡੀ ਕੋਈ ਗਲਤ ਹੈਬਿਟ ਹੈ, ਗਲਤ ਆਦਤ ਹੈ, ਉਹਨੂੰ ਤੁਸੀਂ ਹੌਲੀ 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 ਛੱਡਣਾ।
ਛੱਡਣ ਵਾਸਤੇ, ਜਿਵੇਂ ਹੁਣ ਚਲੋ ਆਪਾਂ ਕੈਂਪ ਲਾਉਂਦੇ ਹਾਂ ਉਹਦੇ 'ਚ ਵੀ ਬੰਦਾ ਆਪਣੀਆਂ ਗਮੀਆਂ ਦੇਖਦਾ, ਫਿਰ ਉਹਨੂੰ ਕੱਢਦਾ ਵੀ ਹੈ ਵੀ ਆਹ ਮੇਰੇ 'ਚ ਮੈਲ ਹੈ ਯਾਰ, ਮੈਂ ਅੱਜ ਤੋਂ ਬਾਅਦ ਨਹੀਂ ਇਹ ਕਰਦਾ, ਆਹ ਗਲਤ ਗੱਲ ਨਹੀਂ ਮੈਂ ਕਰਨੀ, ਮੇਰਾ ਰਸ ਚਲੇ ਜਾਣਾ, ਮੇਰਾ ਆਨੰਦ ਚਲੇ ਜਾਣਾ। ਅਤੇ ਨਾਲ ਨਾਲ ਆਪਣੀਆਂ ਆਦਤਾਂ ਦੇ ਉੱਤੇ ਤੁਸੀਂ ਆਪ ਵੀ ਕੰਮ ਕਰ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕੈਂਪ ਕਰਕੇ ਹੀ ਆਪਣੇ ਆਪ ਨੂੰ ਸੁਧਾਰ ਸਕਦੇ ਹੋ। ਕੈਂਪ ਕਰਨ ਤੋਂ ਬਾਅਦ ਜੇ ਆਪਣੀ ਪਹਿਰੇਦਾਰੀ ਨਾ ਕੀਤੀ ਫਿਰ ਚਲੇ ਜਾਣਾ ਸਾਰਾ ਕੁਛ, ਖੜਨਾ ਪੈਣਾ ਗੇਟ ਅੱਗੇ, ਮੇਰੇ ਅੰਦਰ ਯਾਰ ਆਹ ਮੇਰੇ 'ਚ ਆਉਣੀ ਨਹੀਂ ਚਾਹੀਦੀ ਗਲਤੀ, ਮੇਰੇ 'ਚ ਆਹ ਹੈਗੀ ਹੈ, ਇਹਨੂੰ ਮੈਂ ਕੱਢਣਾ। ਹੁਣ ਜਦੋਂ ਤੁਸੀਂ ਕੱਢਣਾ ਹੁੰਦਾ ਆਪਣੀ ਕੋਈ ਹੈਬਿਟ ਨੂੰ, ਆਪਣੀ ਕੋਈ ਆਦਤ ਨੂੰ, ਉਹਨੂੰ ਹੌਲੀ 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 ਕਰਕੇ ਕੱਢਿਆ ਜਾਂਦਾ ਅਤੇ ਨਿਕਲ ਜਾਂਦੀ ਹੈ। ਇਹ ਨਹੀਂ ਗੱਲ ਵੀ ਨਿਕਲਦੀ ਨਹੀਂ, ਆਪਣੀ ਭੈੜੀ ਤੋਂ ਭੈੜੀ, ਭੈੜੀ ਤੋਂ ਭੈੜੀ ਆਦਤ ਵੀ ਨਿਕਲ ਜਾਂਦੀ ਹੈ, ਕੱਢਦੀ ਦੀ ਹੈ। ਹੁਣ ਤੁਸੀਂ ਰੋਜ਼ ਚੰਗੀਆਂ ਕਿਤਾਬਾਂ ਪੜ੍ਹ ਲਓ, ਆਦਤਾਂ ਕਿਵੇਂ ਚੇਂਜ ਹੁੰਦੀਆਂ ਨੇ ਇਹਦੇ 'ਤੇ ਵੀ ਬੁੱਕਸ ਹੈਗੀਆਂ ਨੇ, ਗੋਰਿਆਂ ਦੀਆਂ ਬਹੁਤ ਕਿਤਾਬਾਂ ਨੇ ਪੰਜਾਬੀ ਵਿੱਚ ਟ੍ਰਾਂਸਲੇਟ ਮਿਲ ਜਾਂਦੀਆਂ ਨੇ। ਹੋਰ ਕਈ ਆਦਤਾਂ ਨੂੰ ਸੁਧਾਰਨ ਵਾਸਤੇ ਸਾਧਨ ਹੈਗੇ ਨੇ। ਬਾਕੀ ਆਪਣੇ ਆਪ 'ਤੇ ਡਾਇਰੀ ਲਾਓ, ਮੇਰੀ ਭੈੜੀ ਆਦਤ ਹੈ ਆਹ ਅੱਜ ਮੈਂ ਕੀਤਾ, ਮੈਨੂੰ ਗੁੱਸਾ ਆਇਆ, ਮੈਂ ਇਮਾਨਦਾਰੀ ਨਾਲ ਲਿਖਣਾ ਸੱਚ। ਡਾਇਰੀ ਚਾਹੇ ਪਰਸਨਲ ਆਪਣੇ ਕੋਲ ਰੱਖ ਲਓ, ਲੌਕ 'ਚ ਰੱਖ ਲਓ ਵੀ ਰੋਜ਼ ਲਿਖਣਾ ਵੀ ਅੱਜ ਮੈਂ ਆ ਆ ਆ ਕਰਤੂਤ ਕੀਤੀ, ਅੱਜ ਮੈਨੂੰ ਇੱਥੇ ਬਹੁਤ ਗੁੱਸਾ ਆਇਆ, ਮੈਂ ਹਾਈਪਰ ਹੋਇਆ, ਉਹਨੇ ਮੈਨੂੰ ਗੁੱਸਾ ਚੜ੍ਹਾਇਆ। ਇਹ ਨਹੀਂ 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 ਕੋਈ ਗੁੱਸਾ ਨਹੀਂ ਚੜ੍ਹਾਉਂਦਾ ਹੁੰਦਾ, ਉਹ ਤਾਂ ਮੇਰੇ 'ਤੇ ਗੁੱਸਾ ਚੜ੍ਹ ਗਿਆ, ਸਵਾਰ ਹੋ ਗਿਆ, ਬੰਦਾ ਤਾਂ ਸਾਹਮਣੇ ਸੀ, ਮੈਂ ਚਾਹੁੰਦਾ ਸ਼ਾਂਤੀ ਨਾਲ ਵੀ ਗੱਲ ਕਰ ਸਕਦਾ ਸੀ। ਉਹਨੂੰ ਤਿਆਗ ਦਿਓ ਜਿਹੜਾ ਬੰਦਾ ਤੰਗ ਕਰਦਾ, ਛੱਡ ਦਿਓ ਯਾਰ ਉਹਨੂੰ, ਪਰ ਮੈਂ ਤਾਂ ਸ਼ਾਂਤ ਰਹਿਣਾ ਸੀ ਨਾ, ਮੈਂ ਗੁੱਸਾ ਚੜ੍ਹਾਇਆ, ਮੇਰੇ ਅੰਦਰੋਂ ਆਇਆ ਗੁੱਸਾ, ਉਹਦੇ 'ਚ ਉਹਦੇ ਉਹਨੇ ਤਾਂ ਕੋਈ ਚੀਜ਼ ਬਾਹਰੋਂ ਪਾਈ, ਗੁੱਸਾ ਅੰਦਰ ਹੀ ਹੈ ਮੇਰੇ, ਅੰਦਰ ਹੈਗਾ ਤਾਂ ਹੀ ਆਇਆ ਨਾ ਬਾਹਰ, ਖੂਹ 'ਚੋਂ ਪਾਣੀ ਤਾਂ ਹੀ ਨਿਕਲੇਗਾ ਜੇ ਖੂਹ 'ਚ ਪਾਣੀ ਹੈਗਾ, ਜੇ ਪਾਣੀ ਹੈ ਹੀ ਨਹੀਂ ਤਾਂ ਨਿਕਲੇਗਾ ਕਿੱਥੋਂ, ਗੁੱਸਾ ਅੰਦਰ ਹੈਗਾ ਸੀ ਤਾਂ ਹੀ ਸਿਰ 'ਤੇ ਚੜ੍ਹ ਗਿਆ, ਹਾਈਪਰ ਹੋ ਗਿਆ, ਖਿੱਝ ਚੜ੍ਹ ਗਈ, ਅੰਦਰ ਪਿਆ ਸਾਰਾ ਕੁਛ। ਹੁਣ ਡਾਇਰੀ 'ਚ ਲਿਖਣਾ ਵੀ ਅੱਜ ਮੈਂ ਫਲਾਣੇ ਬੰਦੇ ਕਰਕੇ ਉਹਨੂੰ ਮੈਂ ਵੇਖਿਆ ਅਤੇ ਮੈਨੂੰ ਅੱਜ ਗੁੱਸਾ ਚੜ੍ਹਿਆ, ਇੱਥੇ ਮੈਂ ਹਾਈਪਰ ਹੋਇਆ, ਇੱਥੇ ਮੇਰੇ ਅੰਦਰ ਖਿਆਲ ਗਲਤ ਆਇਆ, ਇੱਥੇ ਮੈਨੂੰ ਇਸ ਤਰ੍ਹਾਂ ਦਾ ਲੋਭ ਦਾ ਖਿਆਲ ਆਇਆ, ਇਸ ਤਰ੍ਹਾਂ ਦਾ ਮੇਰੇ ਅੰਦਰ ਫੁਰਨਾ ਆਇਆ। ਉਹ ਲਿਖੋ, ਜਦੋਂ ਤੁਸੀਂ ਲਿਖਣਾ ਹੈ ਸੱਚ ਲਿਖਣਾ, ਤੁਸੀਂ ਇੱਕ ਨੇ ਤੋਂ ਇੱਕ ਦਿਨ ਲਿਖਣਾ ਸੱਤ ਅੱਠ ਚੀਜ਼ਾਂ, ਸੱਤ ਅੱਠ ਵਾਰ ਤੁਸੀਂ ਲਿਖਣਾ, ਅਗਲੇ ਦਿਨ ਤੁਸੀਂ ਲਿਖਣਾ ਸੱਤ ਅੱਠ ਵਾਰ, ਅਗਲੇ ਦਿਨ ਲਿਖਣਾ ਸੱਤ ਅੱਠ ਵਾਰ, ਅਗਲੇ ਦਿਨ ਲਿਖਣਾ ਸੱਤ ਅੱਠ ਵਾਰ। ਗੁੱਸਾ ਆਇਆ, ਹਾਈਪਰ ਹੋਇਆ, ਖਿਜਿਆ, ਫਿਰ ਆਪਣੇ ਆਪ ਉਹਨੇ ਪੰਜ 'ਤੇ ਆ ਜਾਣਾ, ਫਿਰ ਚਾਰ 'ਤੇ ਆ ਜਾਣਾ, ਫਿਰ ਤਿੰਨ 'ਤੇ ਆ ਜਾਣਾ, ਫਿਰ ਦੋ 'ਤੇ ਆ ਜਾਣਾ, ਫਿਰ ਇੱਕ 'ਤੇ ਆ ਜਾਣਾ, ਜਦੋਂ ਪਤਾ ਹੈ ਵੀ ਲਿਖਣਾ ਪੈਣਾ। ਡਾਇਰੀ ਲਾ ਲਾ ਕੇ ਆਪਣੇ ਆਪ ਨੂੰ ਹਿਸਾਬ ਕਿਤਾਬ ਕਰਨਾ ਆਪਣੇ ਆਪ ਦਾ, ਜਿਵੇਂ ਨਾ ਲੋਕਾਂ ਨੇ ਘਰਾਂ 'ਚ ਡਾਇਰੀਆਂ ਲਾਈਆਂ, ਕੀ ਆ ਰਿਹਾ ਕੀ ਜਾ ਰਿਹਾ, ਦੁੱਧ ਦਾ ਹਿਸਾਬ ਕਿਤਾਬ ਕਰਦੇ ਹੈ, ਕਰਿਆਨੇ ਦਾ ਹਿਸਾਬ ਕਿਤਾਬ ਕਰਦੇ ਹੈ, ਬਿੱਲਾਂ ਦਾ ਹਿਸਾਬ ਕਿਤਾਬ ਕਰਦੇ ਹੈ, ਕਿੰਨਾ ਬਿੱਲ ਆਇਆ, ਕਿੰਨਾ ਬੱਤੀਆਂ 'ਤੇ ਲੱਗਾ, ਕਿੰਨਾ ਫੀਸਾਂ 'ਤੇ ਲੱਗਾ, ਕਿੰਨਾ ਦੁੱਧ ਦਾ ਖਰਚਾ ਆਇਆ, ਕਿੰਨਾ ਗਰੋਸਰੀ ਦਾ ਆਇਆ, ਰਾਸ਼ਨ ਕਿੰਨੇ ਦਾ ਆਇਆ, ਗੈਸ ਸਿਲੰਡਰ ਕਿੰਨੇ ਦਾ ਭਰਿਆ, ਫੋਨਾਂ ਦੇ ਵਿੱਚ ਕਿੰਨੇ ਕਿੰਨੇ ਪੈਸੇ ਪਵਾਏ, ਠੀਕ ਹੈ ਜੀ, ਫਰੂਟ ਮਹੀਨੇ ਵਿੱਚ ਕਿੰਨੇ ਦਾ ਆਇਆ, ਸਬਜ਼ੀਆਂ ਕਿੰਨੇ ਦੀਆਂ ਆਈਆਂ, ਉਹ ਸਾਰਾ ਕੁਛ ਕੈਲਕੂਲੇਟਰ ਪ੍ਰੋਪਰ ਹਿਸਾਬ ਕਿਤਾਬ ਕਰਦੇ। ਕਈ ਫੈਮਲੀਆਂ 'ਚ 20,000 ਦਾ ਬਜਟ ਹੈ ਸਾਡਾ, 20,000 ਖਰਚਾ ਹੋਇਆ, ਨਹੀਂ ਐਤਕੀ 21 ਹੋ ਗਿਆ, ਜਾਂ ਐਤਕੀ 19 ਹੋਇਆ, ਐਤਕੀ 18 ਹੋਇਆ, ਐਤਕੀ ਸੇਵ ਕੀਤਾ, ਹਿਸਾਬ ਕਿਤਾਬ ਕਰਦੇ ਨੇ ਕਈ ਲੋਕ ਫੈਮਲੀਆਂ 'ਚ ਹੈਗੇ।
ਨੋਰਮਲ ਕਰਨਾ ਵੀ ਪੈਂਦਾ ਕਿਉਂਕਿ ਘਰ ਵਾਲੇ ਨੇ 30,000 ਰੁਪਈਆ ਕਮਾਇਆ ਘਰ ਵਾਲੀ ਦੇ ਹੱਥ 'ਤੇ 20,000 ਰੱਖਿਆ ਤੂੰ ਘਰ ਇਹਦੇ ਨਾਲ ਚਲਾਉਣਾ ਬੀਬੀਆਂ ਨੂੰ ਕਰਨਾ ਪੈਣਾ ਵੀ ਐਤਕੀ 1,000 ਰੁਪਈਆ ਵੱਧ ਗਿਆ ਖਰਚਾ ਐਤਕੀ ਵਿਆਹ ਆ ਗਿਆ ਰਿਸ਼ਤੇਦਾਰੀ 'ਚ ਜਾਂ ਕੁਝ ਹੋਰ ਹੋ ਗਿਆ ਹਿਸਾਬ ਕਿਤਾਬ ਕਰਨਾ ਪੈਣਾ ਹੁਣ ਹਿਸਾਬ ਕਿਤਾਬ ਜਿੱਥੇ ਇੰਨਾ ਕਰਨਾ ਉੱਥੇ ਇੱਕ ਆਪਣੇ ਹਿਸਾਬ ਕਿਤਾਬ ਲਈ ਆਪਣੇ ਆਪਣੇ ਸੁਭਾਅ ਦੇ ਉੱਤੇ ਡੈਰੀ ਲਾ ਲਓ ਇੱਕ ਆਦਤਾਂ ਨੂੰ ਚੇਂਜ ਕਰਨ ਲਈ ਹੁਣ ਸੁਭਾਅ ਦੇ ਹਿਸਾਬ ਨੂੰ ਦੇਖੋ ਵੀ ਕੀ ਚੱਲਦਾ ਮੇਰੇ ਅੰਦਰ ਕੀ ਚੱਲਦਾ ਅੱਜ ਮੈਂ ਕੀ ਕੀਤਾ ਕੀ ਕੀਤਾ ਕੀ ਗਲਤੀਆਂ ਲਿਖੋ ਕਮੀਆਂ ਲਿਖੋ ਚਲੋ ਜੇ ਤੈਨੂੰ ਲੱਗਦਾ ਵੀ ਚੰਗੀ ਇੱਕ ਪਾਸੇ ਚੰਗਾ ਇੱਕ ਪਾਸੇ ਮਾੜਾ ਅੱਜ ਆਹ ਚੰਗਾ ਕੰਮ ਹੋਇਆ ਆਹ ਚੰਗਾ ਹੋਇਆ ਆਹ ਚੰਗਾ ਹੋਇਆ ਆਹ ਚੰਗਾ ਹੋਇਆ ਆਹ ਮੈਂ ਗਲਤ ਕੀਤਾ ਆਹ ਮੈਂ ਗਲਤ ਕੀਤਾ ਆਹ ਮੈਂ ਗਲਤ ਕੀਤਾ ਇੱਥੇ ਮੈਨੂੰ ਗੁੱਸਾ ਚੜਿਆ ਇਮਾਨਦਾਰੀ ਰੱਖੀ ਆਪਣੇ ਆਪ ਨਾਲ ਕਿਉਂਕਿ ਆਪਣੇ ਆਪ ਨੂੰ ਠੀਕ ਕਰ ਰਹੇ ਹਾਂ ਨਾ ਆਪਣੇ ਆਪ ਨੂੰ ਸਵਾਰ ਰਹੇ ਹਾਂ ਨਾ ਫਿਰ ਉੱਥੇ ਧੋਖਾ ਨਹੀਂ ਕਰਨਾ ਕਿਹੜਾ ਕਿਸੇ ਨਾਲ ਕਰਾਂਗੇ ਧੋਖਾ ਆਪਣੇ ਆਪ ਨਾਲ ਥੋੜ੍ਹਾ ਧੋਖਾ ਕਰਾਂਗੇ ਲਿਖ ਤਾਂ ਆਪ ਰਹੇ ਹਾਂ ਅਤੇ ਲਿਖਣਾ ਵੀ ਆਪਣੇ ਆਪ ਲਈ ਹੈ ਸਵਾਰਨਾ ਵੀ ਆਪਣੇ ਆਪ ਨੂੰ ਹੈ ਜੇ ਜ਼ਿਆਦਾ ਲੱਗਦਾ ਕਿਸੇ ਦੇ ਸਾਹਮਣੇ ਡੈਰੀ ਨਾ ਰੱਖੋ ਪਰਸਨਲ ਰੱਖ ਲਓ ਲੁਕੋ ਕੇ ਰੱਖ ਲਓ ਲੋਕ 'ਚ ਰੱਖ ਲਓ ਤਾਂ ਰੋਜ਼ ਲਿਖੋ ਰੋਜ਼ ਲਿਖੋ ਮੈਂ ਕਹਿੰਦਾ ਡੈਰੀ ਦਾ ਮਤਲਬ ਇਹ ਮੈਂ ਬਦਲ ਰਿਹਾ ਮੈਂ ਬਦਲਣਾ ਚਾਹੁੰਦਾ ਮੈਂ ਬਦਲਣ ਲਈ ਡੈਰੀ ਲਾਈ ਹੈ ਤਾਂ ਬਦਲੋਗੇ ਹੀ ਬਦਲੋਗੇ ਤੁਸੀਂ ਕਿਉਂਕਿ ਐਫਰਟ ਕਰਨ ਲੱਗ ਗਏ ਨਾ ਹੁਣ ਬਦਲਣ ਲਈ ਐਫਰਟ ਸ਼ੁਰੂ ਹੋ ਗਿਆ ਬਦਲਣ ਲਈ ਤੁਸੀਂ ਕੰਮ ਸਟਾਰਟ ਕਰ ਲਿਆ ਜਦੋਂ ਬਦਲਣ ਲਈ ਕੁਛ ਕਰੋਗੇ ਤਾਂ ਬਦਲੋਗੇ ਬੰਦਾ ਉਦੋਂ ਬਦਲਦਾ ਜਦੋਂ ਬਦਲਣਾ ਚਾਹੇ ਅਤੇ ਬਦਲਣਾ ਚਾਹੁੰਦੇ ਹੋ ਤਾਂ ਹੀ ਡੈਰੀਆਂ ਲਾਈ ਬੈਠੇ ਬਦਲਣਾ ਚਾਹੁੰਦੇ ਹੋ ਤਾਂ ਹੀ ਹਿਸਾਬ ਕਿਤਾਬ ਕਰਦੇ ਹੋ ਬਦਲਣਾ ਚਾਹੁੰਦੇ ਹੋ ਤਾਂ ਹੀ ਤੁਸੀਂ ਆਹ ਵੀਡੀਓ ਸੁਣ ਰਹੇ ਹੋ ਬਦਲਣਾ ਚਾਹੇ ਬੰਦਾ ਫਿਰ ਬਦਲ ਜਾਂਦਾ ਤਾਂ ਹੀ ਉਹ ਐਫਰਟ ਕਰ ਰਿਹਾ ਡੈਰੀਆਂ ਲਾ ਰਿਹਾ ਕਦੇ ਕੁਛ ਕਰ ਰਿਹਾ ਉਹ ਲਿਖਣ ਵਾਲਾ ਤਾਂ ਮਸਲਾ ਅਸਲ 'ਚ ਉਹ ਬਦਲਣਾ ਚਾਹੁੰਦਾ ਹੈ ਉਹਨੂੰ ਹਿਸਾਬ ਨਹੀਂ ਆਉਂਦਾ ਵੀ ਕਿਵੇਂ ਬਦਲਾਂ ਗੁੱਸਾ ਆਉਂਦਾ ਆਹ ਕਿਵੇਂ ਕਰਾਂ ਆਹ ਕਿਵੇਂ ਕਰਾਂ ਆਹ ਕਿਵੇਂ ਕਰਾਂ ਉਹ ਹੌਲੀ 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 ਕਰਕੇ ਆਪਣੇ ਆਪ ਨੂੰ ਬਦਲਣ ਲੱਗ ਜਾਂਦਾ ਔਰ ਚੇਂਜ ਆਏਗਾ ਆਪਣੇ ਆਪ 'ਚ ਤੁਹਾਡੇ 'ਚ ਚੇਂਜ ਆਏਗਾ ਮੈਂ ਆਦਤਾਂ 'ਤੇ ਬਦਲਾਂ ਕਿਵੇਂ ਇਹਦੇ ਲਈ ਕਿਤਾਬਾਂ ਵੀ ਹੈਗੀਆਂ ਨੇ ਪੜ੍ਹ ਲਓ ਡੈਰੀਆਂ ਲਾਓ ਲਿਖੋ ਸੁਣੋ ਇੱਦਾਂ ਦਾ ਆਦਤਾਂ ਕਿਵੇਂ ਚੇਂਜ ਕਰੀਏ ਹਿੰਦੀ ਦੇ ਥੋੜ੍ਹੇ ਕਲਿੱਪ ਨੇ ਪੰਜਾਬੀ ਦੇ ਬੜੇ ਕਲਿੱਪ ਨੇ ਆਦਤ ਨੂੰ ਕਿਵੇਂ ਬਦਲੀਏ ਆਦਤਾਂ ਕਿਵੇਂ ਸੁਧਾਰੀਆਂ ਜਾਂਦੀਆਂ ਨੇ ਥੋੜ੍ਹਾ 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 ਛੱਡੀਦਾ ਇੱਕ ਇੱਕ ਮਿੰਟ ਵਧਾਈਦਾ ਇੱਕ ਇੱਕ ਸੈਕਿੰਡ ਵਧਾਈਦਾ ਮਿੰਟ ਵਧਾਈਦਾ ਦੋ ਮਿੰਟ ਤਿੰਨ ਮਿੰਟ ਵਧਾਈਦੇ ਨੇ ਇੱਦਾਂ ਨਿੱਕੀਆਂ ਨਿੱਕੀਆਂ ਨਿੱਕੇ ਨਿੱਕੇ ਬਦਲਾਵ ਕਰੀਦੇ ਨੇ ਵੱਡੇ ਨਹੀਂ ਦੋ ਪੁਸ਼ਅਪ ਤੋਂ ਸਟਾਰਟ ਕਰੀਦਾ ਹੁੰਦਾ ਜਿੰਮ ਕਰਨ ਲੱਗਾ ਮੈਂ ਪੁਸ਼ਅਪ ਦੋ ਬਸ ਦੋ 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 ਫਿਰ ਤਿੰਨ ਫਿਰ ਤਿੰਨ ਫਿਰ ਤਿੰਨ ਫਿਰ ਪੰਜ 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 ਫਿਰ ਸੱਤ ਫਿਰ ਦਸ ਫਿਰ ਵੀਹ ਫਿਰ ਤੀਹ ਫਿਰ ਪੰਜਾਹ ਫਿਰ ਸੌ ਉਹਦੇ ਤੱਕ ਜਾਣ ਲਈ 6 ਮਹੀਨੇ ਲਾ ਦਿਓ ਕੋਈ ਗੱਲ ਨਹੀਂ ਨਿੱਕੇ ਚੇਂਜ ਲਿਆਓ ਛੋਟੇ ਬਦਲਾਵ ਲਿਆਓ ਆਪਣੇ ਆਪ 'ਚ ਛੋਟੀਆਂ ਛੋਟੀਆਂ ਆਦਤਾਂ 'ਤੇ ਕੰਮ ਕਰੋ ਵੀ ਨਿੱਕਾ ਜਿਹਾ ਚੇਂਜ ਕਰਨਾ ਨਿੱਕਾ ਜਿਹਾ ਚੇਂਜ ਕਰਨਾ ਨਿੱਕਾ ਜਿਹਾ ਚੇਂਜ ਕਰਨਾ ਨਿੱਕਾ ਜਿਹਾ ਬਦਲਾਵ ਲਿਆਉਣਾ ਫਿਰ ਬਦਲ ਜਾਓਗੇ ਇੱਕਦਮ ਨਹੀਂ ਹੋਣਾ ਵੀ ਮੈਂ ਹੁਣ ਜਿੰਮ ਕਰੂੰਗਾ ਤਾਂ ਜਿੰਮ ਜਾਓਗੇ 5 ਦਿਨ ਜਾਓਗੇ ਹਟ ਜਾਊਗੇ ਨਾ ਜਿੰਮ ਤੋਂ ਪਹਿਲਾਂ ਵਾਕ ਥੋੜ੍ਹੀ ਜਿਹੀ ਸਟਾਰਟ ਕਰ ਲਓ ਵੀ ਮੈਂ ਜੋ ਮਰਜ਼ੀ ਹੋਵੇ 5 ਮਿੰਟ ਬਸ ਮੈਂ ਛਾਲਾ ਹੀ ਮਾਰੂੰਗਾ ਇਕੱਲੇ ਹੀ ਘਰ ਕਮਰੇ 'ਚ 5 ਮਿੰਟ ਫਿਰ 7 ਮਿੰਟ ਫਿਰ 9 ਮਿੰਟ ਫਿਰ 10 ਮਿੰਟ ਇੱਦਾਂ ਛੋਟੇ ਛੋਟੇ ਬਦਲਾਵ ਕਰਕੇ ਚੇਂਜ ਕਰੋ ਹੈਬਿਟਸ ਚੇਂਜ ਕਰੋ ਆਦਤਾਂ ਬਦਲੋ ਮੈਂ ਘਰ ਦਾ ਕੰਮ ਨਹੀਂ ਕਰ ਸਕਦਾ ਮੇਰੇ ਤੋਂ ਰਸੋਈ 'ਚ ਨਹੀਂ ਵੜਿਆ ਜਾਂਦਾ ਫਸਟ ਕੰਮ ਕਰੋ ਪਾਣੀ ਗਰਮ ਕਰਕੇ ਪੀਣਾ ਇੰਨੇ ਤੋਂ ਸਟਾਰਟ ਕਰੋ ਪਾਣੀ ਗਰਮ ਕਰਨਾ ਪੀਣਾ ਗਰਮ ਕਰਨਾ ਆਪ ਪੀਣਾ ਆਪ ਜਾਣਾ ਗਰਮ ਪਾਣੀ ਕਰਨਾ ਪੀਣਾ ਫਿਰ ਚਾਹ 'ਤੇ ਆ ਜਿਓ ਫਿਰ ਹੌਲੀ ਹੌਲੀ ਕਿਚਨ 'ਚ ਵੜ ਜਿਓ
ਮੈਂ ਸਬਜ਼ੀ ਵੀ ਬਣਾ ਲੈਣੀ, ਪਰ ਇੱਕਦਮ ਨਹੀਂ, ਇੱਕਦਮ ਰਸੋਈ 'ਚ ਮੈਂ ਅੱਜ ਤੋਂ ਬਾਅਦ ਰਸੋਈ ਦਾ ਕੰਮ ਕਰਨ ਲੱਗ ਜਾਣਾ, ਮੈਂ ਵੀ ਨਾਲ ਹੱਥ ਵੰਡਾਇਆ ਕਰਨਾ। ਛੋਟੇ ਤੋਂ ਸਟਾਰਟ ਕਰੋ, ਘਰ ਦੇ ਕੰਮ ਮੈਂ ਨਹੀਂ ਕਰ ਸਕਦਾ, ਪਰ ਹੁਣ ਸਮਝ ਆਈ ਵੀ ਥੋੜ੍ਹਾ ਬਹੁਤ ਹੈਲਪ ਕਰਨੀ ਹੈ, ਬਸ ਫਿਰ ਬਿਸਤਰਾ ਤਹਿ ਲਾਉਣ ਤੋਂ ਸਟਾਰਟ ਕਰ ਲਓ। ਬਿਸਤਰਾ ਵੀ ਨਾ ਲਾਓ, ਅਜੇ ਕੰਬਲ ਇਕੱਲਾ ਲਾਓ, ਫਿਰ ਹੌਲੀ ਹੌਲੀ ਪੂਰਾ ਬਿਸਤਰਾ ਵੀ ਤਹਿ ਲਾਇਓ। ਇੱਦਾਂ ਨਿੱਕੇ ਨਿੱਕੇ ਕੰਮਾਂ ਤੋਂ ਸਟਾਰਟ ਕਰੀਦਾ ਹੁੰਦਾ, ਵੱਡੇ ਕੰਮ ਨਹੀਂ, ਛੋਟੇ ਕੰਮ, ਛੋਟੇ ਤੋਂ ਛੋਟੀ ਆਦਤ ਚੇਂਜ ਕਰੋ। ਮਿੰਟ 'ਤੇ ਸਟਾਰਟ ਕਰੋ, ਘੰਟੇ 'ਤੇ ਨਹੀਂ, ਮਿੰਟ ਤੋਂ ਸਟਾਰਟ ਕਰੋ। 60 ਦਿਨ ਲੱਗ ਜਾਣਗੇ, ਘੰਟੇ 'ਤੇ ਪਹੁੰਚ ਹੀ ਜਾਓਗੇ। ਛੋਟੇ ਬਦਲਾਵ ਲਿਆਓ, ਆਦਤਾਂ 'ਤੇ ਕੰਮ ਕਰੋ, ਡਾਇਰੀਆਂ ਲਾਓ, ਲਿਖੋ, ਪੜ੍ਹੋ, ਸੁਣੋ, ਚੇਂਜ ਹੋ ਜਾਏਗਾ। ਆਪ ਸਵਾਰੇ, ਆਪਣੇ ਆਪ ਨੂੰ ਸਵਾਰੋ, ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰਨ ਦੀ ਸ਼ੁਰੂਆਤ ਕਰੀਏ, ਬਦਲਾਂਗੇ ਜ਼ਰੂਰ ਜੇ ਬਦਲਣਾ ਚਾਹਵਾਂਗੇ, ਦਿਲੋਂ ਬਦਲਣਾ ਚਾਹੁੰਦੇ ਹਾਂ ਤਾਂ ਜ਼ਰੂਰ ਬਦਲਾਂਗੇ। ਰਾਜ਼ੀ ਰਹੋ, ਖੁਸ਼ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।